ਸਾਧ ਜੀ, ਪਹਿਲੇ ਤਾਂ ਇਹ ਦੱਸੋ ਜਿਹੜਾ ਪੂਰੀ ਦੁਨੀਆ ਨੂੰ ਆਪਣਾ ਮੁਰੀਦ ਬਣਾਈ ਬੈਠਾ, ਇਹਨੂੰ ਚੇਲਾ ਬਣਾ ਕੇ ਕਿਵੇਂ? ਮੈਨੂੰ ਚੰਗਾ ਲੱਗ ਰਿਹਾ ਕਿ ਸਰਤਾਜ ਮੇਰਾ ਚੇਲਾ ਹੈ, ਮੈਂ ਸਰਤਾਜ ਨੂੰ ਸਿਖਾ ਰਿਹਾ ਵਾਂ, ਕਿਸੇ ਨੂੰ ਸਿੰਗਿੰਗ ਸਿਖਾ ਰਿਹਾ ਵਾਂ ਅਤੇ ਉਹ ਵੀ ਸਰਤਾਜ ਨੂੰ ਸਿਖਾ ਰਿਹਾ ਵਾਂ। ਇਹ ਖੂਬਸੂਰਤ ਪਲ ਸੀਗੇ, ਪਰ ਸਰਤਾਜ ਇੰਨਾ ਕਹਿ ਲਓ ਬੀਬਾ ਮੁੰਡਾ ਆ, ਇੰਨਾ ਡਾਊਨ ਟੂ ਅਰਥ, ਇੰਨਾ ਗੁੱਡ ਹਿਊਮਨ ਬੀਂਗ ਹੈ ਕਿ ਉਹ ਸੈੱਟ ਦੇ ਉੱਤੇ ਉਹ ਵਾਲਾ ਸਰਤਾਜ ਹੁੰਦਾ ਹੀ ਨਹੀਂ ਹੈ। ਨੀਰੂ ਨੇ ਜਿਸ ਤਰ੍ਹਾਂ ਦਾ ਖੂਬਸੂਰਤ ਕੰਮ ਕੀਤਾ, ਮੈਂ ਸਮਝਦਾ ਕਿ ਸਲਿਊਟ ਹੈ ਨੀਰੂ ਨੂੰ। ਸਰਤਾਜ ਨੇ ਜਿਸ ਤਰ੍ਹਾਂ ਦਾ ਰੱਖਿਆ ਹੋਇਆ ਸੀਗਾ, ਬਿਲਕੁਲ ਬੰਨ ਕੇ ਰੱਖਿਆ ਹੋਇਆ ਸੀਗਾ, ਔਰ ਸ਼ਾਇਰੀ ਨੇ ਵੀ ਬੰਨਿਆ ਵਾ। ਲਾਸਟ ਵਿੱਚ ਨੀਰੂ ਦਾ ਜਿਹੜਾ ਸੀਨ ਜਦੋਂ ਸਿਰ ਸੁੱਟਦੀ ਉਹਦੇ ਮੋਢੇ 'ਤੇ, ਅਤੇ ਉਦੋਂ ਮੈਨੂੰ ਦਿਲ 'ਚੋਂ ਇੱਕਦਮ ਮੇਰੇ 'ਤੇ ਕਹਿ ਲਓ ਜਾਨ ਹੀ ਨਿਕਲ ਗਈ ਕਿ ਮੈਨੂੰ ਇੰਝ ਲੱਗਾ ਮੇਰੀ ਧੀ ਆਪਣੀ ਧੀ ਇੱਦਾਂ ਹੋ ਗਈ ਹੈ। ਕੇਵਲ ਧਾਲੀਵਾਲ ਸਾਡੇ ਨਾਲ ਮੌਜੂਦ ਨੇ, ਜਿਨ੍ਹਾਂ ਨੇ ਇੱਕ ਮੁਕੰਮਲ ਸ਼ਾਇਰ ਨੂੰ ਸ਼ਾਇਰ ਮੂਵੀ ਦੇ ਵਿੱਚ ਆਪਣਾ ਚੇਲਾ ਬਣਾਇਆ। ਉਸਤਾਦ ਜੀ, ਪਹਿਲੇ ਤਾਂ ਇਹ ਦੱਸੋ ਇਹ ਸ਼ਾਇਰ ਜਿਹੜਾ ਪੂਰੀ ਦੁਨੀਆ ਨੂੰ ਆਪਣਾ ਮੁਰੀਦ ਬਣਾਈ ਬੈਠਾ, ਇਹਨੂੰ ਚੇਲਾ ਬਣਾ ਕੇ ਕਿਵੇਂ? ਬਹੁਤ ਚੰਗਾ ਲੱਗ ਰਿਹਾ ਸੀਗਾ, ਮੈਨੂੰ ਚੰਗਾ ਲੱਗ ਰਿਹਾ ਕਿ ਸਰਤਾਜ ਮੇਰਾ ਚੇਲਾ ਹੈ, ਮੈਂ ਸਰਤਾਜ ਨੂੰ ਸਿਖਾ ਰਿਹਾ ਵਾਂ ਕਿ ਮੈਂ ਦੁਨੀਆ 'ਚ ਵੀ ਇੰਨੇ ਹਜ਼ਾਰਾਂ ਐਕਟਰ ਤਾਂ ਮੈਂ ਬਹੁਤ ਪੈਦਾ ਕੀਤੇ, ਪਰ ਇਹ ਸਿੰਗਰ ਵਾਲਾ ਜਿਹੜਾ ਮੇਰਾ ਪਹਿਲਾ ਤਜਰਬਾ ਸੀ ਕਿ ਮੈਂ ਕਿਸੇ ਨੂੰ ਸਿੰਗਿੰਗ ਸਿਖਾ ਰਿਹਾ ਵਾਂ ਅਤੇ ਉਹ ਵੀ ਸਰਤਾਜ ਨੂੰ ਸਿਖਾ ਰਿਹਾ ਵਾਂ। ਇਹ ਖੂਬਸੂਰਤ ਪਲ ਸੀਗੇ, ਪਰ ਸਰਤਾਜ ਇੰਨਾ ਕਹਿ ਲਓ ਬੀਬਾ ਮੁੰਡਾ ਆ, ਇੰਨਾ ਡਾਊਨ ਟੂ ਅਰਥ, ਇੰਨਾ ਗੁੱਡ ਹਿਊਮਨ ਬੀਂਗ ਹੈ ਕਿ ਉਹ ਸੈੱਟ ਦੇ ਉੱਤੇ ਉਹ ਵਾਲਾ ਸਰਤਾਜ ਹੁੰਦਾ ਹੀ ਨਹੀਂ ਹੈ, ਜਿਹੜਾ ਇੱਕ ਸੁਪਰ ਸਟਾਰ ਹੈ ਉਹ ਵਾਲਾ ਸਰਤਾਜ ਨਹੀਂ। ਸੋ ਇਸ ਕਰਕੇ ਬੜੇ ਆਰਾਮ ਨਾਲ ਬੜੇ ਖੂਬਸੂਰਤ ਪਲਾਂ ਦੇ ਵਿੱਚ ਸਾਰੀ ਫਿਲਮ ਸ਼ੂਟ ਹੋਈ ਹੈ, ਔਰ ਮਜ਼ਾ ਆਇਆ ਵਾ ਆਪਣਾ ਕਰੈਕਟਰ ਕਰਕੇ। ਨੀਰੂ ਨੇ ਜਿਸ ਤਰ੍ਹਾਂ ਦਾ ਖੂਬਸੂਰਤ ਕੰਮ ਕੀਤਾ, ਮੈਂ ਸਮਝਦਾ ਕਿ ਸਲਿਊਟ ਹੈ ਨੀਰੂ ਨੂੰ। ਸਰਤਾਜ ਨੇ ਜਿਸ ਤਰ੍ਹਾਂ ਦਾ ਰੱਖਿਆ ਹੋਇਆ ਸੀਗਾ, ਬਿਲਕੁਲ ਬੰਨ ਕੇ ਰੱਖਿਆ ਹੋਇਆ ਸੀਗਾ, ਔਰ ਸ਼ਾਇਰੀ ਨੇ ਵੀ ਬੰਨਿਆ ਵਾ, ਉਹ ਗੀਤਾਂ ਨੇ, ਮਿਊਜ਼ਿਕ ਨੇ, ਸਾਰਾ ਕੁਝ ਨਹੀਂ। ਔਰ ਉਦੇ ਪ੍ਰਤਾਪ ਦੀ ਜਿਵੇਂ ਦੀ ਡਾਇਰੈਕਸ਼ਨ ਹੈ, ਇਹ ਅਲੱਗ ਤਰੀਕੇ ਦਾ ਇੱਕ ਰੂਪ ਹੈ, ਔਰ ਜਗਦੀਪ ਨੇ ਜਿਸ ਤਰ੍ਹਾਂ ਫਿਲਮ ਲਿਖੀ ਹੈ, ਔਰ ਜੋ ਟਵਿਸਟ ਆ ਰਹੇ ਸੀ ਸਟੋਰੀ ਦੇ ਵਿੱਚ, ਬੈਕ ਟੂ ਬੈਕ ਟਵਿਸਟ ਸੀਗਾ ਕਿ ਉਹ ਸਰਤਾਜ ਨਹੀਂ ਸੀਗਾ ਸੈੱਟ ਤੇ, ਜਿਵੇਂ ਇੱਕ ਸੁਪਰਸਟਾਰ ਹੈ, ਕਿਵੇਂ ਦਾ ਸੀ ਫਿਰ ਉਹ? ਬਿਲਕੁਲ ਇੱਕ ਚੇਲਾ ਹੀ ਬਣ ਕੇ ਆਉਂਦਾ ਸੀ, ਉਹ ਸ਼ਰਾਰਤੀ ਵੀ ਸੀਗਾ ਉਸ ਵੇਲੇ, ਉਹ ਨਿੱਕੀਆਂ ਨਿੱਕੀਆਂ ਸ਼ਰਾਰਤਾਂ ਕਰਦਾ ਸੀ ਸਾਰਿਆਂ ਦੇ ਨਾਲ, ਔਰ ਸਾਰਿਆਂ ਨਾਲ ਘੁਲ ਮਿਲ ਕੇ ਉਹਨੇ ਬੜੇ ਖੂਬਸੂਰਤ ਪਲਾਂ ਨੂੰ ਬੜਾ ਖੂਬਸੂਰਤ ਬਣਾ ਦਿੰਦਾ ਸੀ। ਬੜਾ ਖੂਬਸੂਰਤ ਡਾਇਲੋਗ ਇਸ ਮੂਵੀ ਦੇ ਵਿੱਚ, ਜਾਂ ਤਾਂ ਕੋਈ ਆਸ਼ਿਕ ਹੋ ਸਕਦਾ ਜਾਂ ਸ਼ਾਇਰ ਹੋ ਸਕਦਾ, ਜੇ ਦੋਵੇਂ ਨੇ ਤਾਂ ਉਹ ਮੁਰਸ਼ਦ ਹੈ। ਬਿਲਕੁਲ, ਅਤੇ ਇਹ ਮੈਨੂੰ ਲੱਗਦਾ ਕਿ ਇਹੋ ਜਿਹਾ ਡਾਇਲੋਗ ਸ਼ਾਇਦ ਜਗਦੀਪ ਹੀ ਲਿਖ ਸਕਦਾ ਹੈ। ਇੰਨੇ ਲਿਟਰੇਰੀ ਡਾਇਲੋਗ ਵਾਲੀ ਫਿਲਮ ਸ਼ਾਇਦ ਹੀ ਕੋਈ ਪਹਿਲੀ ਪੰਜਾਬੀ ਫਿਲਮ ਹੈ। ਅੱਖਾਂ 'ਚੋਂ ਜਦੋਂ ਹੰਝੂ ਆ ਜਾਣ ਕੋਈ ਮੂਵੀ ਦੇਖਦੇ ਦੇਖਦੇ ਜਾਂ ਕੋਈ ਸੀਨ ਦੇਖਦੇ ਦੇਖਦੇ, ਉਹ ਮੂਵੀ ਮੁਕੰਮਲ ਹੋ ਜਾਂਦੀ ਹੈ, ਔਰ ਆਖਿਰ ਦੇ ਵਿੱਚ ਸ਼ਾਇਰ ਵੀ ਮੁਕੰਮਲ ਹੋ ਗਿਆ। ਔਰ ਮੈਨੂੰ ਲੱਗਦਾ ਜਿਸ ਤਰੀਕੇ ਨਾਲ ਮੇਰੇ ਆਪਣੇ ਸੀਨ ਸੀ ਬੜੇ, ਉਹ ਇਮੋਸ਼ਨਲ ਸੀਨ ਸੀ, ਔਰ ਲਾਸਟ ਵਿੱਚ ਨੀਰੂ ਦਾ ਜਿਹੜਾ ਸੀਨ ਜਦੋਂ ਸਿਰ ਸੁੱਟਦੀ ਉਹਦੇ ਮੋਢੇ 'ਤੇ, ਅਤੇ ਉਦੋਂ ਮੈਨੂੰ ਦਿਲ 'ਚੋਂ ਇੱਕਦਮ ਮੇਰੇ 'ਤੇ ਕਹਿ ਲਓ ਜਾਨ ਹੀ ਨਿਕਲ ਗਈ ਕਿ ਮੈਨੂੰ ਇੰਝ ਲੱਗਾ ਮੇਰੀ ਧੀ ਆਪਣੀ ਧੀ ਇੱਦਾਂ ਹੋ ਗਈ ਹੈ। ਸੋ ਇਸ ਵੇਲੇ ਕਹਿ ਲਓ ਕਿ ਅਸੀਂ ਬਹੁਤ ਅਸਮਾਨ 'ਚ ਫੀਲ ਕਰ ਰਹੇ ਹਾਂ, ਦੇਖਦੇ ਦੇਖਦੇ ਫੀਲ ਹੋ ਰਿਹਾ ਸੀ ਕਿ ਵਾਹ, ਰੋਏ ਵੀ, ਔਰ ਇਸ ਵੇਲੇ ਕਿ ਬਹੁਤ ਭਾਵੁਕ ਹਾਂ ਅਸੀਂ ਇਹ ਫਿਲਮ ਵੇਖ ਕੇ, ਔਰ ਖੁਸ਼ ਵੀ ਹਾਂ ਸੇਮ ਟਾਈਮ, ਅਤੇ ਬੜਾ ਮਾਣ ਮਹਿਸੂਸ ਹੋ ਰਿਹਾ ਪੰਜਾਬੀ ਸਿਨੇਮਾ ਦੇ ਉੱਤੇ ਕਿ ਵਾਹ, ਪੰਜਾਬੀ ਸਿਨੇਮਾ ਦਾ ਗ੍ਰਾਫ ਇੱਕਦਮ ਅਸਮਾਨ 'ਤੇ ਪਹੁੰਚ ਗਿਆ।